So next is mechanism of sexual reproduction. It involves two major steps, pollination and fertilization. Mechanism de vich thode kole do main steps ne, pollination te fertilization. Pollination, it is the transfer of pollen grain from anther to stigma is known as pollination. एंथर्स का स्टिगमा ते आना, एंथर्स का चाहे वह अपने फ्लावर के स्टिगमा ते डिग जाए चाहे दूसरे फ्लावर के स्टिगमा ते, इनू असी कहने पॉलीनेशन। पॉलीनेशन विद इन ए फ्लावर और बिटवीन डिफरेंट फ्लावर्स ऑफ द सेम प्लांट इज कॉल्ड सैल्फ पॉलीनेशन। जे तो ये एंथर अपने ही फ्लावर के पिस्टल ते जांदे आ, स्टिगमा ते लैंड हुंदे आ, ਤਾਂ ਉਹਨੂੰ ਸੈਲਫ ਪੋਲੀਨੇਸ਼ਨ ਕਹਿੰਦੇ ਆ। ਇਹਨੂੰ ਸੈਲਫ ਆਪਣੇ ਹੀ ਫਲਾਰ ਦੇ ਜਾਂ ਆਪਣੇ ਹੀ ਪਲਾਂਟ ਦੇ ਕਿਸੇ ਵੀ ਫਲਾਰ ਦੇ ਉਹ ਹੁੰਦੀ ਆ ਸੈਲਫ, ਸੈਲਫ ਪੋਲੀਨੇਸ਼ਨ, ਸੈਲਫ ਹੁੰਦਾ ਆਪਣੇ ਆਪ। ਨੈਕਸਟ ਹੈਗਾ ਪੋਲੀਨੇਸ਼ਨ ਬਿਟਵੀਨ ਫਲਾਰਸ ਆਫ ਟੂ ਡਿਫਰੈਂਟ ਪਲਾਂਟਸ ਆਫ ਸੇਮ ਸਪੀਸੀਸ ਇਜ਼ ਨੋਨ ਐਜ਼ ਕ੍ਰੋਸ ਪੋਲੀਨੇਸ਼ਨ। ਕ੍ਰੋਸ ਪੋਲੀਨੇਸ਼ਨ ਕੀ ਆ ਕਿ ਇਹਦੇ ਐਂਥਰ ਦੂਸਰੇ ਫਲਾਰ ਦੇ ਕਿਸੇ ਦੂਸਰੇ ਪਲਾਂਟ, ਕੋਈ ਪਲਾਂਟ ਉਹੀ ਸਪੀਸੀਜ਼ ਦਾ, ਸੇਮ ਸਪੀਸੀਜ਼ ਦਾ ਦੂਸਰਾ ਪਲਾਂਟ ਆ ਉਹਦੇ ਸਟਿਗਮਾ 'ਤੇ ਜਾਣ, ਉਹਨੂੰ ਕਹਿੰਦੇ ਆ ਕ੍ਰੋਸ ਪੋਲੀਨੇਸ਼ਨ। ਜੇ ਤਾਂ ਆਪਣੇ ਹੀ ਪਲਾਂਟ 'ਤੇ ਜਾਂ ਆਪਣੇ ਹੀ ਫਲਾਰ ਦੇ ਉੱਤੇ ਪੋਲਨ ਗ੍ਰੇਨ ਸਟਿਗਮਾ 'ਤੇ ਲੈਂਡ ਹੁੰਦੇ ਆ ਉਹ ਸੈਲਫ ਆ। ਜੇ ਮਤਲਬ ਸਾਡੇ ਕੋਲ ਦੋ ਰੋਜ਼ ਰੋਜ਼ ਲੱਗੇ ਹੋਏ ਨੇ ਜਾਂ ਆ ਵੀ ਕੈਨ ਟੇਕ ਦਾ ਐਗਜ਼ਾਮਪਲ ਆਫ ਚਾਈਨਾ ਰੋਜ਼, ਦੋ ਪਲਾਂਟ ਲੱਗੇ ਹੋਏ ਨੇ ਚਾਈਨਾ ਰੋਜ਼ ਦੇ, ਜੇ ਇਹਦੇ ਇਹਦੇ ਫਲਾਰ ਦੇ ਉੱਤੇ ਪੋਲਨ ਗ੍ਰੇਨਸ ਇਹਦੇ ਸਟਿਗਮਾ 'ਤੇ ਆ ਕੇ ਲੈਂਡ ਹੁੰਦੇ ਆ, ਇਹਨੂੰ ਅਸੀਂ ਕਹਿੰਦੇ ਹਾਂ ਕ੍ਰੋਸ ਪੋਲੀਨੇਸ਼ਨ। ਇਨ ਦਿਸ ਪਿਕਚਰ ਦੇ ਹੈਵ ਸ਼ੋਨ ਯੂ ਕ੍ਰੋਸ ਪੋਲੀਨੇਸ਼ਨ, ਕ੍ਰੋਸ ਪੋਲੀਨੇਸ਼ਨ ਹੋ ਰਹੀ ਆ। ਨਾਓ ਨੈਕਸਟ ਇਜ਼ ਦਾ ਏਜੈਂਟਸ ਆਫ ਪੋਲੀਨੇਸ਼ਨ। ਹੁਣ ਪੋਲੀਨੇਸ਼ਨ ਨੂੰ ਕਰਨ ਵਾਲੇ ਕੌਣ ਨੇ? ਸਮ ਬਾਇਓਟਿਕ, ਬਾਇਓਟਿਕ ਮੀਨਸ ਹੁੰਦਾ ਲਿਵਿੰਗ, ਬਾਇਓਟਿਕ ਦਾ ਮੀਨਿੰਗ ਹੁੰਦਾ ਲਿਵਿੰਗ, ਐਂਡ ਅਬਾਇਓਟਿਕ, ਅਬਾਇਓਟਿਕ ਮੀਨਸ ਹੁੰਦਾ ਨੋਨ ਲਿਵਿੰਗ। ਬਾਇਓਟਿਕ 'ਚ ਲਿਵਿੰਗ ਆ ਗਏ ਇਨਸੈਕਟਸ, ਬਰਡਸ, ਮੈਮਲਸ, ਅਬਾਇਓਟਿਕ 'ਚ ਆ ਗਏ ਵਿੰਡ, ਵਾਟਰ। ਦੀਸ ਹੈਲਪ ਇਨ ਦਾ ਪ੍ਰੋਸੈਸ ਆਫ ਕ੍ਰੋਸ ਪੋਲੀਨੇਸ਼ਨ ਇਨ ਪਲਾਂਟਸ। ਪਲਾਂਟਸ ਦੇ ਵਿੱਚ ਕ੍ਰੋਸ ਪੋਲੀਨੇਸ਼ਨ 'ਚ ਇਹੀ ਹੈਲਪ ਕਰਦੇ ਨੇ। ਦੀਜ ਆਰ ਕਾਲਡ ਦਾ ਏਜੈਂਟਸ ਆਫ ਪੋਲੀਨੇਸ਼ਨ, ਇਹਨੂੰ ਪੋਲੀਨੇਸ਼ਨ ਦੇ ਏਜੈਂਟਸ ਵੀ ਅਸੀਂ ਕਹਿੰਦੇ ਹਾਂ। ਇਨਸੈਕਟਸ ਆਪਦਾ ਨੈਕਟਰ ਸਕ ਕਰਦੇ ਆ ਇੱਕ ਤੋਂ ਦੂਸਰੇ 'ਤੇ ਜਾਂਦੇ ਆ ਪਲਾਂਟ 'ਤੇ, ਸੇਮ ਬਰਡਸ ਦੇ ਵਿੱਚ ਤਾਂ ਉਹਨਾਂ ਦੇ ਵਿੰਗਸ ਦੇ ਨਾਲ ਪੋਲਨ ਗ੍ਰੇਨ ਸਟਿੱਕ ਹੋ ਜਾਂਦੇ ਆ, ਚਿਪਕ ਜਾਂਦੇ ਆ, ਦੂਸਰੇ 'ਤੇ ਜਾ ਕੇ ਜਾਂਦੇ ਆ ਤਾਂ ਉੱਥੇ ਡਿੱਗ ਜਾਂਦੇ ਆ, ਅਤੇ ਇਸ ਤਰ੍ਹਾਂ ਪੋਲੀਨੇਸ਼ਨ ਹੋ ਜਾਂਦੀ ਆ। ਸਮ ਕੁਛ ਪੋਲੀਨੇਸ਼ਨ ਪੁੱਤਰ ਜੀ ਹੁਣ ਅੱਗੇ ਤੁਹਾਨੂੰ ਐਕਸਪਲੇਨ ਕਰ ਰਹੇ ਨੇ, ਜਿਹੜੀ ਏ ਬਾਇਓਟਿਕਾ ਦੈਟ ਇਜ਼ ਡਨ ਬਾਏ ਵਿੰਡ ਐਂਡ ਵਾਟਰ, ਵਿੰਡ ਹਵਾ। ਫਲਾਵਰਸ ਆਫ ਵੀਟ, ਮੇਜ, ਓਟਸ, ਰਾਈਸ ਆਰ ਮੇਨਲੀ ਪੋਲੀਨੇਟਡ ਬਾਏ ਵਿੰਡ। ਵੀਟ, ਕਣਕ, ਮੇਜ, ਮੱਕੀ, ਓਟਸ ਅਤੇ ਰਾਈਸ ਇਹਨਾਂ ਦੀ ਜਿਹੜੀ ਪੋਲੀਨੇਸ਼ਨ ਕੀਤੀ ਜਾਂਦੀ ਆ ਉਹਨਾਂ ਹਵਾ ਕਰਦੀ ਆ। ਸੱਚ ਫਲਾਵਰ ਪੋਜੈਸ, ਫਲਾਰ ਬਹੁਤ ਲਾਈਟ ਹੁੰਦੇ ਨੇ, ਹੇਅਰੀ, ਹੇਅਰਸ ਲੱਗੇ ਹੁੰਦੇ ਨੇ ਔਰ ਵਿੰਗਡ, ਸੋ ਦੈਟ ਦੇ ਕੈਨ ਈਜ਼ਲੀ ਕੈਰੀਡ ਬਾਏ ਵਿੰਡ। ਉਹਨਾਂ ਇਸ ਤਰ੍ਹਾਂ ਦੇ ਬਣੇ ਹੁੰਦੇ ਆ ਕਿ ਉਹਨਾਂ ਨੂੰ ਹਵਾ ਇੱਕ ਥਾਂ ਤੋਂ ਦੂਸਰੀ ਥਾਂ ਈਜ਼ਲੀ ਲੈ ਜਾਂਦੀ ਆ। ਸਟਿਗਮਾ ਇਜ਼ ਵੱਡਾ ਸਾਰਾ ਹੁੰਦਾ, ਲਾਰਜ ਹੁੰਦਾ ਅਤੇ ਫੀਦਰੀ ਹੁੰਦਾ, ਐਂਡ ਪ੍ਰੋਡਿਊਸ ਆਊਟ ਟੂ ਕੈਚ, ਇਸ ਤਰ੍ਹਾਂ ਦਾ ਬਣਿਆ ਹੁੰਦਾ ਕਿ ਉਹ ਪੋਲਨ ਗ੍ਰੇਨਸ ਨੂੰ ਕੈਚ ਕਰ ਲਵੇ। ਨੈਕਸਟ ਵੀ ਕਮ ਟੂ ਵਾਟਰ ਇਨ ਅਕੁਐਟਿਕ ਪਲਾਂਟਸ। ਹੁਣ ਵਾਟਰ ਪੋਲੀਨੇਸ਼ਨ ਕਿੱਥੇ ਹੋਊਗੀ? ਅਕੁਐਟਿਕ ਪਲਾਂਟਸ, ਅਕੁਐਟਿਕ ਮੀਨਸ ਜਿਹੜੇ ਪਾਣੀ 'ਚ ਰਹਿੰਦੇ ਆ। ਪੋਲੀਨੇਸ਼ਨ ਇਜ਼ ਕੈਰੀਡ ਆਊਟ, ਉੱਥੇ ਪੋਲੀਨੇਸ਼ਨ ਕੌਣ ਕਰਾਉਂਦਾ? ਵਾਟਰ। ਪੋਲਨ ਗ੍ਰੇਨਸ ਲਾਈਟ ਵੇਟ ਦੇ ਨੇ ਤਾਂ ਉਹ ਵਾਟਰ ਕਰੰਟਸ ਦੇ ਨਾਲ ਵਾਟਰ ਦੇ ਸਰਫੇਸ 'ਤੇ ਫਲੋਟ ਕਰ ਜਾਂਦੇ ਨੇ, ਤੈਰ ਜਾਂਦੇ ਨੇ ਅਤੇ ਸਟਿਗਮਾ ਤੱਕ ਵਾਟਰ ਕਰੰਟਸ ਦੁਆਰਾ ਪਹੁੰਚ ਜਾਂਦੇ ਨੇ। ਨੈਕਸਟ ਵੀ ਕਮ ਟੂ ਇਨਸੈਕਟਸ। ਫਲਾਵਰਸ ਲਾਈਕ ਔਰਚਿਡ, ਬਟਰਕਪ, ਸਨ ਫਲਾਵਰ, ਦੀਜ਼ ਆਰ ਪੋਲੀਨੇਟਡ ਬਾਏ ਇਨਸੈਕਟਸ, ਇਹਨਾਂ ਨੂੰ ਕੀੜੇ ਹੀ ਪੋਲੀਨੇਟ ਕਰਦੇ ਨੇ। ਸੋ ਫਲਾਵਰਸ ਆਰ ਲਾਰਜ, ਬ੍ਰਾਈਟਲੀ ਕਲਰਡ ਐਂਡ ਪ੍ਰੋਡਿਊਸ ਸਵੀਟ ਨੈਕਟਰ ਟੂ ਅਟਰੈਕਟ ਇਨਸੈਕਟਸ। ਹੁਣ ਫਲਾਵਰਸ ਦਾ ਸਾਈਜ਼ ਵੱਡਾ ਵੀ ਹੁੰਦਾ ਆ ਜ਼ਿਆਦਾ, ਆਹ ਦੇਖੋ ਜਿਹੜਾ ਤੁਹਾਨੂੰ ਮੈਂ ਫਲਾਰ ਦਿਖਾਇਆ ਸੀ ਇਹਦਾ ਕਿੱਡਾ ਸੋਹਣਾ ਬ੍ਰਾਈਟ ਕਲਰਡ ਆ, ਹੈ ਨਾ, ਅਤੇ ਪ੍ਰੋਡਿਊਸ ਕਰਦਾ, ਇਹਦੇ 'ਚੋਂ ਨੈਕਟਰ ਵੀ ਨਿਕਲਦਾ ਜਿਹਦੇ ਨਾਲ ਕੀੜੇ ਮਕੌੜੇ
इनसैक्ट्स अट्रैक्ट होंगे ने. पोलन ग्रेनज आर प्रोड्यूस्ड इन लार्ज नंबर. पोलन ग्रेनज भी बहुत ज़्यादा प्रोड्यूस किए जाते हैं. दे आर स्टिकी इन नेचर. वैन इनसैक्ट्स विजिट द फ्लावर टू सक नैक्टर. जदों कोई इनसैक्ट चाहे कोई बर्ड नैक्टर लैन लई आउंदा पोलन ग्रेनज उहदी बॉडी नाल स्टिक कर जाते हैं. जदों उही इनसैक्ट दूसरे प्लांट ते जांदा तां उत्थे उहनां नूं ट्रांसफर कर दिंदा. By birds, same thing by birds. Hummingbird and sunbirds are most common pollinator. Hummingbird आ जिहदी बीक बहुत वड्डी हुंदी आ, इह ते सनबर्ड इह मेन पोलीनेटर ने. क्यों? दे हैव ए लोंग बीक, वड्डी सारी बीक आ ना, कादी खातर? टू सक नैक्टर, सक करन दे लई. Bats and rodents are also help in pollination. So this is your pollination. Next topic is fertilization.